بسم اللہ الرحمن الرحیم الحمد للہ رب العالمین الرحمن الرحیم صراط المستقیم صراط الذین انعمت علیہم غیر المغضوب علیہم ولا الضالین. اللهم صل علی محمد وعجل فرج آل محمد. توبہ 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 توبہ، یہ تو بھائی جہنم تھی پنند. ہاں جی ایک تو کوئی نہ ہوئے چھے بھی آئے بدین سلوات پڑھو باواز بلاند اللہ مسلح درود پڑھنا ایک بڑی اہم عبادت، مل کے سلوات پڑھو خوشنودی منتظر زمانہ دی خاطر درود بھیجو اللہ. اکھ بند کر کے استقبال روح معصومہ دی خاطر درود بھیجو. جڑے موالی بیٹھو حیدر کرار دے مل کے نام امیر دی گونجو اے حیدر. مہربانی یہاں شریف آؤ، سب تو پہلے تو میری دعائی نے کہ مولا کائنات تو کل دنیا دے دکھاں تکلیفاں تو محفوظ رکھو. ساری اس نازک دور دیا مجلساں خلاق عالم حقیقی بادشاہی عبادت شمار کرے، شوالے شمار نہ کرے. اس نازک دور دے وچ ہر شریف دی عزت محفوظ رہے. مریہ حسین حسین کریں دے، اٹھی ویے علی علی کریں دے، دامن پنجاں تے باہراں دا ہوئے، ہتھ سامنے ہنگاراں دا ہوئے. خدا تعالیٰ بانی مجلس اختر مولا دی پوری وچھئی مولا منظور تے مقبول فرماوے. انہاں لوگاں دے رزق وچ مولا کائنات برکت پاوے. اس سالم خاندان وچ مولا اتفاق قائم و دائم رکھے. انہاں دے جتنے بھی مرحومین ان مولا انہاں نوں کروٹ کروٹ جنت نصیب فرماوے. مولا انہاں دے صغیرہ کبیرہ گناہ معاف فرماوے. مولا انہاں دیاں قبراں منور فرماوے. تسیں جتنے آئے بیٹھے ہو اس دربار عالیہ وچ مولا تہاڈا ٹرایا منظور تے مقبول فرماوے. ہن درود بھیجو آل محمد دی ذات تے. اللہم صلی دیر سر بیٹھے ہو سلوات سارے نو یاد مل کے سلوات کرو. اللہ ہے اجازت میں پڑھائی شروع کرا. جناب دا بھی یاد رہے جی، تہاڈا بھی حکم ہے اد لیا جی، جناب کا بھی یاد آ رہا ہے. مولا جی بیٹے، اے میرے بعد میرے بیٹے نے علی عباس عسکری جناب نیاز عباس جو یا میرے مہمان ہیں، میرے تو کروڑا درجے بہتر پڑھ دیں. میری تو بت حاضری ہوندی ہوئی مور ممتاز اللہ رنگ لاوی. ایک شعر قصیدے دا ادھا جملہ صاحب دا تہاڈی حیاتی ہو جڑے ادلے بیٹھے ہو امام حسین تو وڈے رنگ لاوے. فرمانے نبوی آئے اپنی مجلساں نوں زینت دیو میرے بھرا علی دے ذکر نال. تو ایک شعر قصیدے دا
ਤੁਸੀਂ ਜੀਓ ਪਏ ਸ਼ਾਬਾਨ ਦੇ ਹਵਾਲੇ ਨਾਲ, ਤਿੰਨ ਸ਼ਾਬਾਨ ਦੇ ਹਵਾਲੇ ਨਾਲ ਇਹ ਪੱਖੇ ਨੌਵੇਂ ਨਾ ਤਾਂ ਕੀ ਕਰੋ ਵਾ, ਅੱਲਾ ਤੁਹਾਡੀ ਹਯਾਤੀ ਕਰੇ, ਮੌਲਾ ਤੁਹਾਨੂੰ ਵੱਡੇ ਰੰਗ ਲਾਵੇ ਸਦਕਾ ਪਾਕਾਂ ਦਾ, ਇਮਾਮ ਜ਼ਮਾਨਾ ਤੁਹਾਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਸ਼ਾਬਾਨ ਖੁਸ਼ੀਆਂ ਦਾ ਚੰਨ, ਖੁਸ਼ੀਆਂ ਦਾ ਮਹੀਨਾ। ਸ਼ਾਬਾਨ ਵਾਸਤੇ ਫਰਮਾਨ ਰੱਬੀ ਹੈ, ਸ਼ਾਬਾਨ ਮੈਂ ਮੁਹੰਮਦ ਦਾ ਮਹੀਨਾ, ਬੇਟਾ ਹੁਣ ਭਰਨ ਦੀ ਠੋਈ ਮੈਂ ਤੈਨੂੰ ਮੁੱਕ ਮਰੇ ਸਾਂ, ਅੱਲਾ ਤੇਰੀ ਹਯਾਤੀ ਕਰੇ। ਸਰਵਰ ਆਲਮ ਨੇ ਫਿਰ ਫਿਰ ਕਿਉਂ ਇਰਸ਼ਾਦ ਫਰਮਾਇਆ ਕਿ ਮੇਰਾ ਮਹੀਨਾ, ਇਸ ਮਹੀਨੇ ਨਾ ਸਰਕਾਰ ਦੀ ਵਿਲਾਦਤ ਹੈ ਨਾ ਸ਼ਹਾਦਤ ਹੈ, ਇਸ ਵਾਸਤੇ ਆਖਿਆ ਹੈ ਇਹ ਸਾਲ ਦਾ ਪਹਿਲਾ ਮਹੀਨਾ ਜਿਸ ਵਿੱਚ ਸਾਦਾਤ ਨੂੰ ਖੁਸ਼ੀ ਨਸੀਬ ਹੋਈ ਹੈ। ਜਿਹੜੇ ਇਹਦੇ ਬੈਠੇ ਹੋ ਗਮੀ ਨਸੀਬ ਨਹੀਂ ਹੋਈ, ਬਲਕਿ ਸਾਦਾਤ ਦੀ ਆਮਦ ਹੋਈ। ਮਰ ਸਾਹਿਬ ਸ਼ਾਬਾਨ ਦੀ ਦੌੜ ਨੂੰ ਇਸਤਕਲਾਲ ਦੀ ਖਾਲਿਕ ਸਈ ਆਜ਼ਾਦੀ, ਸਬਰ ਦੀ ਪਰਵਰਦਿਗਾਰ ਮਸਤੂਰ, ਮਲਕਾ ਤਹਾਰਤ ਅਲੀ ਦੀ ਅਲੀ ਦੀ, ਮਾਰੂਮਤ ਮੁਸਰਤ ਸਈ ਆਜ਼ਾਦੀ, ਮੁਹਾਫਜ਼ਾ ਨਸਲ ਇਮਾਮਤ ਨਸਲ ਇਮਰਾਨ ਦੀ ਦੂਸਰੀ ਬਤੋਲ, ਜਿੰਨਾ ਮੂੰਹ ਜ਼ਬਾਨਾ ਹੋ ਮੈਂ ਨਾ, ਬਲਕਿ ਮੈਂ ਤਾਂ ਅਦਾ ਰਾਣਾ ਮੋਸਨੇ ਤੌਹੀਦ ਸਈ ਆਜ਼ਾਦੀ, ਅੱਲਾ ਹਯਾਤੀ ਕਰੀ ਜਨਾਬੇ ਜ਼ੈਨਬੇ ਆਲੀਆ ਦੀ ਆਮਦ ਹੋਈ। ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਜੀਓ ਪੈਗੰਬਰ ਸਾਹਿਬ। ਔਰ ਤਿੰਨ ਸ਼ਾਬਾਨ ਨੂੰ ਖਾਮੇ ਸਿਆ ਲਈ ਬਾ, ਗਰੀਬ ਨਹਿ ਨਵਾ, ਜ਼ੈਗਮ ਕਿਰਦਗਾਰ, ਸਬਰ ਦ ਪਰਵਰਦਿਗਾਰ, ਆਈਨਾ ਇਮਾਮਤ, ਮੋਸਨ ਇਨਸਾਨੀਅਤ, ਨਾਜ਼ਮ ਕਾਇਨਾਤ, ਆਸਮਾਨ ਵਿਲਾਇਤ ਦਾ ਤੀਸਰਾ ਤਾਜਦਾਰ, ਹੱਥ ਖੋਲ ਬੋਲਣਾ ਯਾਦੀ ਕਰੀ। ਮੈਂ ਵੇਹਨਾ ਜਿਹੜਾ ਜ਼ਬਾਨ ਹੀ ਰੱਖਦਾ ਔਰ ਬੋਲਦਾ ਹੀ ਨਹੀਂ। ਚਾਰ ਸ਼ਬਾਨ ਨੂੰ ਵਫਾ ਦਾ ਪਰਵਰਦਿਗਾਰ, ਸਬਰ ਦਾ ਖਾਲਿਕ, ਗਰੀਬਾਂ ਦੀ ਆਸ ਜਨਾਬੇ ਅਬਾਸ ਦੀ ਆਮਦ ਹੋਈ। ਕਿਆ ਬਾਤ ਹੈ ਤੁਹਾਡੀ, ਹੈਦਰੀ ਤੇਰਾ ਮੂੰਹ ਪੱਕਦਾ ਪਿਆ ਅਲੀ ਦਾ ਨਾਂ ਲਿਆ, ਹੈਦਰੀ ਤੁਹਾਡੀਆਂ ਹਯਾਤੀ ਆਬਾਦ ਰਹੋ ਯਾ ਅਲੀ। ਔਰ ਛੇ ਸ਼ਾਬਾਨ ਨੂੰ ਉਹ ਸੱਯਦ ਦੁਨੀਆ 'ਤੇ ਆਇਆ ਜਿਸ ਨੂੰ ਅਬਾਸ ਨੇ ਚਾਹ ਕੇ ਜ਼ੀਨੇ 'ਚ ਸਵਾਰ ਕੀਤਾ, ਹਸਨ ਦਲਾਲ ਕਾਸਿਮ ਦੀ ਆਮਦ ਹੋਈ। ਔਰ 10 ਸ਼ਾਬਾਨ ਦੀ ਰਾਤ ਨੂੰ ਉਹ ਸੱਯਦਜ਼ਾਦੀ ਦੁਨੀਆ 'ਤੇ ਆਈ ਜਿਹੜੀ ਪਿਓ ਦੇ ਸੀਨੇ ਤੋਂ ਬਗੈਰ ਸਮਝੀ ਨਾ ਆਈ। ਔਰ 11 ਸ਼ਾਬਾਨ ਨੂੰ ਹਮ ਸ਼ਕਲ ਪੈਗੰਬਰ ਸ਼ਹਜ਼ਾਦੇ ਅਲੀਅਨ ਅਕਬਰ ਦੀ ਆਮਦ ਹੋਈ ਮੋਮਨੋ, ਅਤੇ 15 ਸ਼ਾਬਾਨ ਨੂੰ ਜ਼ਮਾਨਾ ਰੋਸ਼ਨ ਹੋਇਆ। ਸਾਡੇ ਹਾਦੀ ਮਹਦੀ ਕਹਿਮੇ ਆਲੇ ਮੁਹੰਮਦ ਇਮਾਮੇ ਜ਼ਮਾਨਾ, ਵਾਰਿਸ ਜ਼ਮਾਨਾ, ਕਾਇਮ ਜ਼ਮਾਨਾ, ਸਰਕਾਰ ਸਹਿਬੁਲ ਅਮਰ ਦੀ ਆਮਦ ਹੋਈ। ਅਲਾਹੁਮਾ ਸ਼ਾਬਾਨ ਦਾ ਚੰਨ, ਖੁਸ਼ੀਆਂ ਦਾ ਚੰਨ। ਇਹਦੀ ਕਾ ਸੁਣਿਆ ਕਿ ਆਦਾ ਹੈ ਤੁਹਾਡੀ ਹਯਾਤ, ਬਾਬੇ ਰੀ ਪੜਦੇ ਪਏ ਨਾ ਸੱਪੜੇ ਹੀ ਦੇ ਪਏ ਉਸ, ਇੱਕ ਬੰਦਾ ਹੀ ਬੰਦੇ ਚ ਹੀ ਰਹਿੰਦਾ ਆਇਆ ਸਾਈ, ਉਹਨਾਂ ਦੇ ਗੋਡੀ ਹੱਥ ਰੱਖੋ ਜਾਣੇ ਸਾਈ, ਚੰਨ ਦੀ ਬਾਵੀ ਦੀ ਗਾਠੀ ਨੇ ਕੱਖਾਂ ਲੈ ਚੱਕਦੀ, ਅੱਲਾ ਤੁਹਾਡੀ ਹਯਾਤੀ ਕਰੇ ਮਾਰ ਰਮਜ਼ਾਨ ਦੀ। ਉਹ ਉੱਥੋਂ ਆਇਆ ਹੈ, ਉੱਥੋਂ ਸਨੇ ਇਹ ਆਲੇ, ਤੁਹਾਨੂੰ ਇਮਾਮ ਹੁਸੈਨ ਵੱਡੇ ਰੰਗ ਲਾਵੇ, ਤੁਹਾਨੂੰ ਤਾਂ ਇਨਸ਼ਾਅੱਲਾ ਕੁਝ ਹੀ ਨਾ ਹੋਵੇ, ਮੇਰੀ ਤਬਤ ਜ਼ਿੰਦਗੀ ਗੁਜ਼ਰ ਗਈ ਤੁਹਾਡੇ ਨਾਲ। ਹੁਸੈਨ ਦੀ ਅੰਮਾ ਤੁਹਾਨੂੰ ਵੱਡੀਆਂ ਇੱਜ਼ਤਾਂ ਦੇ ਰਹੇ। ਪਰ ਤਿੰਨ ਸ਼ਾਬਾਨ ਦੇ ਹਵਾਲੇ ਨਾਲ ਇੱਕ ਸ਼ੇਰ, ਤੁਹਾਡਾ ਮੂਡ ਹੋਵੇ ਤਾਂ ਤੁਸੀਂ ਦਾਦਾ ਪੋਤਰਾ ਆਪਣੀਆਂ ਛੋੜੋ ਮੇਰੀ ਕਹਿ ਸੁਣ, ਹਯਾਤੀ ਕਰੀ। ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਤੇ, ਅੱਲਾਹੁਮਾ ਸਲਿਆ ਸਾਦਾਤ ਦੇ ਵਿਹੜੇ ਖੁਸ਼ੀਆਂ ਹੇਰੇ ਦਮ ਸੈਨ ਆਇਆ ਹੈ, ਸਾਦਾਤ ਦੇ ਵਿਹੜੇ ਖੁਸ਼ੀਆਂ ਖੁਸ਼ੀਆਂ ਹਿਲਤਾ ਹੈ, ਦੇ ਦਮ ਸੈਨ ਆਇਆ ਹੈ, ਸਾਦਾ ਤੇ ਦੇ ਵਿਹੜੇ ਤੁਹਾਨੂੰ ਮੌਲਾ ਵੜੇ ਰੰਗ ਲਾਵੇ, ਹੈ ਦੇ ਦਮ ਸੈਨ ਆਇਆ ਹੈ, ਸਾਦਾ ਤੇ ਦੇ ਵਿਹੜੇ ਜਿਓ ਹਿਲਤਾ ਹੈ, ਦੇ ਦਮ ਸੈਨ ਆਇਆ ਹੈ, ਸਾ ਬਹੁ ਜੀਓ ਹਿਲਤਾ।
ਤੁਸੀਂ ਹੱਲੇ ਹੀ ਨੇ ਯਾਲੀ, ਤੂੰ ਨਾ ਬੋਲਿਓ, ਮੈਂ ਤੇ ਰਾਤੀ ਖਾਬ ਵਿੱਚ ਹੀ ਮਿਲਸਾਂ। ਅੱਲਾ ਯਾਤੀ ਕਰੀ, ਸਮਝਦਾਰ ਨੂੰ ਦਾਵਾ ਦੇ ਰਿਹਾ, ਇੱਕ ਦਾ ਇੱਕ ਸ਼ੇਰ ਕੀ ਬਲਾਜ ਕਰ ਰਿਹਾ। ਇਹ ਪੜ੍ਹਨਾ ਹੀ ਜਿਹੜੇ ਰੋਵਣ ਆਏ ਹੋ ਕਿ ਆਪਣੇ ਵਤਨ ਤੇ ਬਹਿ ਕੇ ਬੇਵਤਨਾਂ ਨੂੰ ਰੋ ਆਵਾਂ। ਸ਼ਾਬਾਸ਼ ਹੈ ਕਰਾਣ ਵਾਲਾ, ਚਿੱਠੀ ਦਾੜੀ ਵਾਲਿਆ, ਹਰ ਰੱਖ ਹੁਸੈਨ ਨੂੰ ਨਹੀਂ ਰੋ ਸਕਦੀ, ਹਜਾ ਲਈ ਅੱਖਰ ਆਉਂਦੀ ਹੈ। ਬੇਹਜਾ ਆਪ ਨੂੰ ਕਿਹਾ ਪਤਾ ਜੋ ਲਈ ਦੇ ਕਿਵੇਂ ਲੁਟੇਂਦੀ ਰਹੀ ਹੈ, ਹੈ ਕਰ ਛੁੜਿਆ ਹੈ ਤੇਰੇ ਇਹਨੂੰ ਜਗ੍ਹਾ ਦੇ, ਤੇਰੀ ਜ਼ਿੰਦਗੀ ਦਾ ਰਾਜ਼ ਹੋਵੇ। ਜਿਹੜੇ ਨਹੀਂ ਰੋਂਦੇ ਹੁਸੈਨ ਦੇ ਕੁਝ ਨਹੀਂ ਲੱਗਦੇ, ਤੇਰੀ ਹਯਾਤੀ ਹੋਵੇ ਤੂੰ ਰੋਂਦਾ ਰਿਹਾ, ਪਿਟੈਂਦਾ ਰਿਹਾ, ਪਿੰਡਾ ਰਿਹਾ, ਬੇ ਔਲਾਦਾਂ ਨੂੰ ਔਲਾਦ ਮਿਲਸੀ, ਨੌਕਰਾਂ ਬਿਮਾਰਾਂ ਨੂੰ ਸ਼ਫਾ ਮਿਲਸੀ, ਪਿੰਨੀ ਉਸ ਆਜ਼ਾਦੀ ਕੋਲ ਜਿਹਨੂੰ ਪੂਰੇ ਅਰਬ ਵਿੱਚ ਕਬਰ ਦੀ ਜਾ ਨਹੀਂ ਲੱਗੀ। ਸ਼ਾਬਾਸ਼, ਤੇਰੀਆਂ ਕੂਕਾਂ ਮਨਜ਼ੂਰ ਹੋਵਣ, ਜਿਨ੍ਹਾਂ ਝੋਲੀਆਂ 'ਚ ਪੁੱਤਰ ਨੂੰ ਹੋਵਣ, ਝੋਲੀਆਂ ਫੈਲਾ ਪਵਿਆ। ਹੁਸੈਨ ਦੀ ਅੰਮਾ ਤੁਹਾਨੂੰ ਬੜੀਆਂ ਇੱਜ਼ਤਾਂ ਦੇਵੇ, ਸ਼ਾਲਾ ਤੁਸੀਂ ਸਦਾ ਵਸਦੇ ਰਹੋ। ਇੱਕ ਵਾਰੀ ਸਾਲ ਦੇ ਅਮਨ ਨਿਭਾ ਕੇ ਵੱਲਾ ਅਲੀ ਦੀ ਦੇ ਹਾਏ ਤਾਂ ਕਰ ਛੋੜ, ਹਾਏ ਤਾਂ ਕੁਝ ਲੱਗਦਾ ਹੀ ਨਹੀਂ,
تیرا نوکر ہاں جی مار صاحب نوکر نوکر ہیں جی دوئی واری وت بتری رلے تیار ہو پی شام جیو پے ہاں مار ممتاز دشالا نہ ہو شام نہ رلے نہ دیا دیا سجاد نال فضا نال باقر نال حیاتیو بھی ہائے کرن والا تھوڑے غریباں دے غم وچ ہائے کیتی تائی نا آئیے نانے دی ذریعے تے نانا نانا او میرا نبیاں دا سلطان نانا نانا میرا آخری سلام نانا میں دوئی واری شام پہ وینی آ جاگ بھائی یار تیری حیاتی ہوئے شام دا نام آیا رسول دی ذری ہلنے لگ گئی ہے آواز آئی زینب وت شام روکے دی نانا شام میری سکینہ رہ گئی ہے واہ شور کوٹ والے تھوڑا غازی رنگ نوکرا تھوڑا نوکرا تیری زندگی دراز ہوئے نانا شام میری سکینہ رہ گئی ہے جی نوکرا حیاتی نے آئی جنت البقیا ماں دی زری نو گل نہ لے سرو رو کے دی اماں او میری زخمی پاسے علی اماں حیاتی ہوئی جوان پیو دے دربار چوں جھڑکی وان علی اماں اماں میرا آخری سلام حیاتی ہوئی میں دوئی واری شام پی وینی ہاں چھوڑ دتی ان ساریاں گلاں فقط حاضری ہے تہاڈی حیاتی ہوئے چپ کر کے ٹر پئی بٹی صاحب مرحوم دی ایک گل یاد آ گئی ہے آمنا نا لمے سفر تے فضا دے ہتھ جو ویا اوٹھ دی مہار ہائے آویا فضا دے چہرے تے پسینہ ہائے کریا ہے مریم کربلا دی نظر پویا ہائے حکل ماریا ماں تینجو آکھیائی وطن تے ٹک پاؤ لمے سفر سہراواں دے پند تو ضعیف رو کیا کیا زینب تیری چادر دی قسم ہے میرے سارے ڈٹھے ہوئے واہ بھائی واہ تہاڈی حیاتی ہو جی نوکرا تہاڈا خادما جی مار سب نوکرا سفر طے کردی پہنچی بھراواں دی جاگیر چھ جوانا ڈٹھس بھراواں نو وستا بابریا دین حکل ماری سما فضا جی علی دی دھی اما ڈٹھے میرے بھراواں وستا ادی تیری چادر دی قسم ہے کائنات تو سونے پہ وسدن تیری کوکم منظور ہو من نوکر ہاں بابا جی ادی اج سب تو پہلے ویسا غازی دی زری تے او جڑے علماء دے مرید آئے بیٹھے ہو میں تیرے نوکر ہاں فضا سہارا دتا علی دی علی دی ائی عباس دی زری تے زندگی ہوئی آکھ لو یہ لتان دی والے پاسے کل ماری سباس عباس وے کمرے بنی ہاشم وے ہاشمیاں دا چن عباس میرا سلام ہووی عباس میں زینب ہاں میں دوئی واری شام پی وینی ہاں جدا میں پہلی ویری وطن چھوڑے آئی میں تیرے سہارے تے چھوڑے آئی میں در ویک کدے پہ ویکھنا ہے میں نے ماں ملی چو لہن دا ہی توں آمیں چڑھیں دا ہی توں آمیں ہن میں لہن دا وال لیا گیا ہے چڑھن دا وال لیا گیا ہے ٹرن دا وال لیا گیا تہاڈیاں زندگیاں نے یار تھانوں مولا رنگ لاوے عباس ہن تھک پیاں وفا دے خالق دی زری ہلنے لگ گئی ہے زری چواز ہے بہن تے بھرا دی چپ کھا گئی ہے واہ بھائی واہ تہاڈی حیاتی ہوے شور والے ہوں جی نوکرا حکل ماری سما شبیر دی زری تے لائے ون حیاتی ہوئی فضا سہارا دتا علی دھی آئیے حسین دی زری تے بابریا دین بھرا دی زری دے کولا کھلیے حکل ماری حسین وے زہرا دلا نیاز باس پہ دے جدہ درمیان چاہیے دعا بھراواں دے ادھ وچ کئی گل کوئی نہیں سکیتی رو کیا دیے کائنات تو سونے پہ وسدے ہو تہاڈی حیاتی ہوئے میں جو تھوڑا نوکر ہاں جی بابا نوکر ہاں حسین دی ذری تے آ کے دیے کائنات تو سونے پہ وسدے ہو سجیوں اکبر سینے تے اصغر
اگر کائشہ نہیں ہو بچی تو میں اجڑی بہن دی حسین مینوں تو ماں سدڑ والی کوئی نہیں تہاڈی حیاتی ہوئے حسین میں تیرے سجاد نوں کلا نہیں چھوڑیا شبیر ہوں تھک پئیاں شاید جیندی نہ ولا بند یاد آ گیا تھوڑے بچوں یاد ہے سن بیٹھ چ بابے ہوری لکھی آئی سالم زندگی کمبر صاحب پڑھیا ہر ذاکر پڑھیا ان جوانوں نوں روندا ڈٹھا ہے مر جی میرے ذہن چ بند آ گیا ہے تیری حیاتی ہو گئی روندی کھلی آئی نا تیریا پوکا منصور ہو اللہ جان دے برا دی زری نوں گل نال لایا ਇਹ ਮਿੱਟੀ ਤੇ ਬਾਂਦੀ ਬਹਿ ਗਈ ਏ ਜ਼ਰੀ ਦੇ ਨਾਲ ਆਲੀਆ ਨੇ ਮੱਥਾ ਟੇਕਿਆ ਏ ਰੋ ਗਿਆ ਦੀਏ ਮੈਡਾਈਓ ਸਫਾ ਅਖੀਰ ਰਹੀਓ ਨਹੀਂ ਵਤਨ ਤੇ ਕਬਾ ਨੌਕਰਾ ਨੌਕਰਾ ਜੀ ਨੌਕਰਾ ਮੈਂ ਮਰਨਾ ਏ ਸ਼ਾਮ ਦਿਆ ਆਏ ਰਾਵਾਂ ਵਿੱਚ ਤੈਨੂੰ ਪਿਓ ਦਾ ਸ਼ਹਿਰ ਕਰੀਬੇ ਰੋ ਗਿਆ ਦੀ ਬੈਠੀ ਏ ਮੇਰੀ ਮੌਤ ਸੁਣੇ ਪਰ ਫਾਤਿਆ ਛੋੜੇ ਨੌਕਰਾ ਮੈਂ ਦੇਹਨ ਹਾਲਾਤ ਅਜੀਬੇ ਇਹ ਗੱਲ ਰੋਂਦੀ ਏ ਰੋ ਗਿਆ ਦੀ ਏ ਤੈਨੂੰ ਰਾਹੀਆ ਇਤਲਾਨੇ ਸਨੇ ਮਰ ਗਈ ਆਈ ਭਾਂ ਤੇਰਾ ਨੌਕਰਾ ਤੈਨੂੰ ਰਾਹੀਆ ਤੈਨੂੰ ਰਾਹੀਆ ਜੀ ਤੈਨੂੰ ਰਾਹੀਆ ਯਾਰ ਇਹ ਤਾਂ ਬੜੀ ਮਨਜ਼ੂਰੀ ਵਾਲੀ ਮਹਿਲਾ ਜੀ ਹਾਂ ਨੌਕਰਾ ਰੋ ਗਿਆ ਦੀ ਬੈਠੀਏ ਤੈਨੂੰ ਰਾਹੀਆ ਖਤਮ ਪੜ੍ਹਾਈ ਨੌਕਰਾ ਹੱਥ ਨਾ ਜੋੜ ਟੁਰ ਪਈ ਅਲੀ ਦੀਦੀ ਪਹੁੰਚੀ ਸ਼ਾਮ ਦੇ ਬਾਹਰ ਅੱਲੇ ਜਾਣਦਾ ਇੱਕ ਬਾਗ ਚਾਹੀਏ ਇਹਨੂੰ ਜਗ੍ਹਾ ਚਾ ਤੇਰੀ ਹਯਾਤੀ ਹੋਵੇ ਇੱਕ ਬਾਗ ਚਾਹੀਏ ਹਾਏ ਹਾਏ ਹਕਲ ਮਾਰੀ ਸੰਮਾ ਫਿਜ਼ਾ ਹੋ ਰਿਹਾ ਲੱਗੀ ਵੰਜ ਇੱਥੇ ਇੱਕ ਤਗਰ ਦਾ ਦਰਖਤ ਆਇਆ ਜਿਸ ਦੇ ਨਾਲ ਮੇਰੇ ਭਰਾ ਹੁਸੈਨ ਦੇ ਸਾਰਾ ਲਿਸਾਨ ਖੜੀ ਕੀਤੀਆਂ ਨੇ ਪਤਾ ਕਰ ਦਰਖਤ ਮੌਜੂਦ ਹੈ ਜਾਂ ਡਹਿ ਗਈ ਹੈ ਹਯਾਤੀ ਨੇ ਗਈ ਹੈ ਫਿਜ਼ਾਰੋਂ ਦੀ ਵੱਲੀਆ ਦੀ ਜ਼ੈਨਬ ਉਜੜ ਗਈ ਹੈ ਭਰਾ ਦਾ ਜ਼ਿੰਦਾ ਮੌਜਾ ਵੇਖ ਦਰਖਤ ਹਰ ਪੱਤੇ ਚੋਂ ਤੇਰੇ ਭਰਾ ਦਾ ਤਾਜ਼ਾ ਖੂਨ ਜਾ ਰਹੀ ਹੈ ਹਾਏ ਕਈ ਪੱਖੀ ਹਨ ਜਿਹੜੇ ਪਰ ਰੰਗੀਨ ਕਰੇਂਦੇ ਹਨ ਮਰ ਮਰ ਕੇ ਜ਼ਮੀਨ ਤੇ ਡਾਂਦੇ ਵਹਿੰਦੇ ਹਨ ਰੋ ਕਹਿਦੀ ਅੰਮਾ ਮੈਨੂੰ ਦਰਖਤ ਦੇ ਕੋਲ ਲੈ ਬਾਜ ਇਹ ਜਵਾਨ ਕਿਵੇਂ ਬਰਦਾਸ਼ਤ ਕਰੇ ਸੇਨ ਆਈ ਅਲੀ ਦੀਦੀ ਦਰਖਤ ਦੇ ਕੋਲ ਪੱਖੀਆਂ ਨੂੰ ਮਰਦਾ ਡਿੱਠਾ ਸਾਏ ਅਲੀ ਦੀਦੀ ਦਰਖਤ ਨੂੰ ਗੱਲ ਨਾਲ ਲਾਇਆ ਰੋ ਕਿਆ ਦੀ ਹੁਸੈਨ ਪੱਖੀ ਮਰਦੇ ਵਹਿੰਦੇ ਨੀ ਭੈਣ ਜੀਂਦੀ ਵਧੀ ਆਈ ਹਯਾਤੀ ਨੌਕਰਾਂ ਦੂਆ ਵਹਿਣ ਕਰਕੇ ਆਦੀ ਮੈਨੂੰ ਨਹੀਂ ਭੁੱਲਦਾ ਤੇਰਾ ਔਖਾ ਘੋੜੇ ਤੁਲਾਣਾ ਤ੍ਰੀਆ ਵਹਿਣ ਕਰਕੇ ਆਦੀ ਨਹੀਂ ਭੁੱਲਦਾ ਜਿਵੇਂ ਸ਼ਿਮਰ ਦੇ ਖੰਜਰ ਵਿੱਚ ਸਕੀਨਾ ਹੱਥ ਪੈਂਦੀ ਰਹੀਏ ਉਹ ਯਾਰ ਮੈਂ ਸੈਯਦਾਂ ਕਿਵੇਂ ਪੜ੍ਹਾਂ ਇੱਕ ਮੁਸਲਮਾਨ ਆਇਆ ਜੇ ਸਲੀ ਦੀ ਧੀ ਨੂੰ ਭਰਾਵਾਂ ਦੀ ਮੁਕਾਣ ਦਿੱਤੀ ਹੈ ਜ਼ੈਨਬ ਦੇ ਹੱਥ ਖੁੱਲ ਗਏ ਮਿੱਟੀ ਤੇ ਬਾਂਦੀ ਬਾਂਦੀ ਬਹਿ ਗਈ ਹੈ ਫਿਜ਼ਾ ਦੀ ਸਜਾਦ ਭਾਜਾ ਸਫਰਾਂ ਦੀ ਸੰਗਤਿਆਣੀ ਫੁੱਫੀ ਦੁਨੀਆਂ ਤੋਂ ਟੁਰ ਗਈ ਆਈ ਹਾਏ ਸਜਾਦ ਆਇਆ ਫੁੱਫੀ ਦੇ ਮੂੰਹ ਤੇ ਜਣਿਆ ਹੈ ਰੋ ਰੋ ਕੇ ਆਦੇ ਮਦੀਨੇ ਮਰਿਆ ਹਾਏ ਤੈਨੂੰ ਜੰਨਤੁਲ ਬਕੀਏ ਦਫਨ ਕਰਾ ਅੱਲਾ ਜਾਣਦਾ ਘਰ ਬਲਾ ਮਰਿਆ ਭਰਾਵਾਂ ਦੇ ਅੱਧ ਵਿਚਕਾਰ ਦਫਨ ਕਰਾ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਆਦਾ ਖਲੇ ਮੈਨੂੰ ਅੱਜ ਪਤਾ ਲੱਗਾ ਏ ਮੈਂ ਯਤੀਮ ਹੋ ਗਿਆ ਉਹ ਸ਼ੋਰ ਵਾਲਿਓ ਤੁਹਾਡੀ ਹਯਾਤੀ ਹੋਵੇ ਲੱਕੜੀਆਂ ਇਕੱਠੀਆਂ ਕੀਤੀਆਂ ਰੋ ਕਹਿੰਦੇ ਡਾਡੀ ਮੈਂ ਪਾਣੀ ਮੁਹੱਈਆ ਕਰੇ ਨਾ ਤੂੰ ਮੇਰੀ ਰੋਲਮੋਈ ਫੁੱਫੀ ਨੂੰ ਗੁਸਲ ਦੇ ਬਾਬਰੀ ਆਦਿਆਂ ਨੂਰ ਦੀਆਂ ਕਨਾਤਾਂ ਲੱਗੀਆਂ
ਤਤਹੀਰ ਦੇ ਪਰਦੇ ਬਣੇ ਅਲੀ ਦੀ ਧੀ ਆਈ ਨਾ ਅੱਲਾ ਜਾਂਦਾ ਘੰਟ ਦੇ ਪਿੱਛੋਂ ਸਜਾਦ ਪਾਣੀ ਬੈਠਾ ਦਿੰਦਾ ਫਿਜ਼ਾ ਗੁਸਲ ਪਈ ਦਿੰਦੀ ਹੈ ਜਿਹੜੇ ਮਾਤਮੀ ਆਏ ਬੈਠੇ ਹੋ ਗੁਸਲ ਨੂੰ ਦੇਰ ਹੋਈਏ ਸਜਾਦ ਦਾਦੀ ਦੇਰ ਕਿਉਂ ਗਈਏ ਆਦੀਏ ਦਾਈ ਮਰੀ ਮੈਨੂੰ ਆਦੀ ਆਈ ਮੇਰੀ ਕੰਡ ਜ਼ਖਮੀ ਏ ਅੱਜ ਮੈਂ ਡਿੱਠਾ ਹੈ ਜ਼ੈਨਬ ਦਾ ਸਾਰੀ ਜ਼ਖਮੀ ਏ ਤੁਹਾਡੀ ਹਯਾਤੀ ਹੋਵੇ ਜੀ ਨੌਕਰਾਂ ਤੁਹਾਡਾ ਖਾਦਮਾ ਮਿਲ ਗਿਆ ਗੁਸਲ ਗੁਸਲ ਤੋਂ ਬਾਅਦ ਕਿਹੜੀ ਸ਼ਾਇਦ ਦੀ ਲੋੜ ਹੁੰਦੀ ਹੈ ਬੋਲੋ ਮੇਰੇ ਨਾਲ ਕਫਨ ਦੀ ਹਯਾਤੀ ਹੋਵੀ ਅੱਲਾ ਜਾਂਦਾ ਫਿਜ਼ਾਤ ਵਧਾਇਆ ਸਜਾਦ ਫੁੱਫੀ ਦਾ ਕਫਨ ਦੇ ਅੱਲਾ ਜਾਂਦਾ ਗਏ ਵੇਲੇ ਸੱਜੇ ਦੇ ਗਏ ਵੇਲੇ ਖੱਬੇ ਦੇ ਆਦਾ ਕਿੱਥੋਂ ਕਫਨ ਲੈ ਆਵਾਂ ਮੈਨੂੰ ਸ਼ਾਮੇ ਗਰੀਬਾਂ ਦੀ ਲੁੱਟ ਖਾ ਗਈ ਵਸਦੇ ਰਹੋ ਤੁਹਾਡੀ ਹਯਾਤੀ ਹੋਵੇ ਆਪਣੀ ਅਬਾ ਲਹਾਈ ਤੇਰਾ ਨੌਕਰ ਆ ਦੂਰ ਛੰਡੀ ਉਹ ਤੇਰੀ ਜ਼ਿੰਦਗੀ ਹੋਵੇ ਰੋ ਕੇ ਆਦਾ ਮੇਰੀ ਰੁਲ ਮੋਈ ਫੁੱਫੀ ਨੂੰ ਕਫਨ ਦੇ ਮਿਲ ਗਿਆ ਕਫਨ ਮਾਰ ਜੀ ਖਤਮ ਪੜ੍ਹਾਈ ਜਨਾਜ਼ਾ ਤਿਆਰ ਜਿਹੜੇ ਜਿਲੇ ਬੈਠੇ ਹੋ ਕਿਤਨੇ ਬੰਦੇ ਹੁੰਦੇ ਨੇ ਚਾਵਣ ਵਾਲੇ ਬੋਲੋ ਚਾ ਆਪ ਸੋਚੋ ਬਾਕਰ ਦਾ ਸਨ ਛੋਟਾ ਫਿਜ਼ਾ ਜ਼ਈਫ ਕੱਲਾ ਸਜਾਦ ਜਿਹੜੇ ਮਾਤਮੀ ਬੈਠੇ ਹੋ ਆਇਆ ਉੱਚੀ ਜਾਈ ਜਾਤ ਕਰਬਲਾ ਦਰਬਾਈ ਵਧਾਈਆਂ ਰੋ ਕਿਆ ਤਾਂ ਅਕਬਰਾਂ ਮੈਂ ਆਪ ਲੜਨ ਲਈ ਮਰ ਗਈ ਆਈ ਅਕਬਰ ਦੇ ਨਾਂ ਦੀ ਹਕਲ ਮਾਰੀ ਹੁਸੈਨ ਦੀ ਜ਼ਰੀ ਹੱਲਣ ਲੱਗ ਗਈ ਏ ਸ਼ਬੀਰ ਸੱਜਾ ਚਾਏ ਅਕਬਰ ਦੇ ਸੀਨੇ ਤੇ ਰੱਖਿਆ ਏ ਹੌਲੇ ਜਿਹੀ ਆਵਾਜ਼ ਆਈ ਉੱਠੀ ਛੋੜ ਮਜ਼ਾ ਹੁਣ ਸ਼ਾਮ ਵਜਾਏ ਮੇਰੇ ਨਾਨੇ ਦੀ ਤਸਵੀਰੇ ਮਾਂ ਮਰ ਗਈ ਏ ਮਾਂ ਮਰ ਗਈ ਜੀ ਮਾਂ ਮਰ ਗਈ ਆਈ ਸਾਹਿਬਾਨੇ ਮੋਹਤਰਮ ਜ਼ੇਬ ਮਿੰਬਰ ਹੋਗੇ ਖਤੀਬ ਨੌਜਵਾਨ ਸ਼ਹਿਰ ਆਲ ਇਮਰਾਨ ਜਨਾਬ ਅਲੀ ਅਬਾਸ ਅਸਕਰੀ ਸਾਹਿਬ